ਫਿਲੌਰ ਬੀਤੀ ਰਾਤ ਨੈਸ਼ਨਲ ਹਾਈਵੇ ਉੱਤੇ ਇੱਕ ਪ੍ਰਾਈਵੇਟ ਬੱਸ ਅਤੇ ਟਿੱਪਰ ਦਾ ਭਿਆਨਕ ਸੜਕ ਹਾਦਸਾ ਵਾਪਰ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਦੇਖਣ ਵਾਲਿਆਂ ਦੀ ਰੂਹ ਤੱਕ ਕੰਬ ਗਈ। ਮਿਲੀ ਜਾਣਕਾਰੀ ਮੁਤਾਬਕ ਬੱਸ ਜੰਮੂ ਤੋਂ ਹਰਿਆਣਾ ਵੱਲ ਨੂੰ ਜਾ ਰਹੀ ਸੀ। ਜਦੋਂ ਬੱਸ ਫਿਲੌਰ ਪੁੱਜੀ ਤਾਂ ਬਜਰੀ ਦੇ ਭਰੇ ਟਿੱਪਰ ਨਾਲ ਜ਼ਬਰਦਸਤ ਟੱਕਰ ਹੋ ਗਈ, ਜਿਸ ਵਿੱਚ ਦੋਨੋਂ ਗੱਡੀਆਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ। ਜਦੋਂ ਇਸ ਸੰਬੰਧੀ ਬੱਸ ਡਰਾਈਵਰ ਨਾਲ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਬੱਸ ਵਿੱਚ 10 ਦੇ ਕਰੀਬ ਸਵਾਰੀਆਂ ਸਨ, ਜਿਨ੍ਹਾਂ ਵਿੱਚੋਂ ਇੱਕ ਸਵਾਰੀ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਤੇ ਉਸਨੂੰ ਸਿਵਲ ਹਸਪਤਾਲ ਫਿਲੌਰ 108 ਐਂਬੂਲੈਂਸ ਦੀ ਮਦਦ ਨਾਲ ਇਲਾਜ ਲਈ ਭੇਜਿਆ ਗਿਆ, ਜੋ ਹਸਪਤਾਲ ਵਿੱਚ ਜੇਰੇ ਇਲਾਜ ਹਨ। ਦੂਜੇ ਪਾਸੇ ਟਰੱਕ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਉੱਥੇ ਖੜੇ ਰਾਹਗੀਰ ਨੇ ਦੱਸਿਆ ਹੈ ਕਿ ਉਸਦਾ ਢਾਬਾ ਹੈ, ਉਸਨੂੰ ਪਤਾ ਲੱਗਾ ਕਿ ਨੈਸ਼ਨਲ ਹਾਈਵੇ ਤੇ ਐਕਸੀਡੈਂਟ ਹੋਇਆ ਹੈ। ਉਸਨੇ ਦੱਸਿਆ ਕਿ ਐਕਸੀਡੈਂਟ ਦੇ ਕਾਰਨ ਕਾਫੀ ਲੰਬਾ ਜਾਮ ਲੱਗਾ ਹੋਇਆ ਹੈ। ਇਸ ਸੰਬੰਧੀ ਜਦੋਂ SAF ਦੀ ਟੀਮ ਦੇ SI ਜਸਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਇੱਕ ਨੌਜਵਾਨ ਜੋ ਮੋਟਰਸਾਈਕਲ ਤੇ ਸਵਾਰ ਸੀ ਤੇ ਉਹਨਾਂ ਦਾ ਨੈਸ਼ਨਲ ਹਾਈਵੇ ਤੇ ਲੱਗੇ ਲੋਹੇ ਦੇ ਪਾਈਪਾਂ ਦੇ ਵਿੱਚ ਵੱਜਣ ਨਾਲ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ, ਜਿਨ੍ਹਾਂ ਨੂੰ ਸਿਵਲ ਹਸਪਤਾਲ ਛੱਡ ਕੇ ਆ ਰਹੇ ਸੀ। ਤਾਂ ਇੰਨੇ ਨੂੰ ਸਾਨੂੰ ਇੱਕ ਕਾਲ ਆਈ ਕਿ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਭਿਆਨਕ ਸੜਕੀ ਹਾਦਸਾ ਵਾਪਰ ਗਿਆ ਹੈ ਤੇ ਜਦੋਂ ਆ ਕੇ ਦੇਖਿਆ ਤਾਂ ਇੱਕ ਬੱਸ ਤੇ ਟਰੱਕ ਦੀ ਆਪਸ ਵਿੱਚ ਟੱਕਰ ਹੋਈ ਸੀ ਤੇ ਉਹਨਾਂ ਨੇ ਦੱਸਿਆ ਹੈ ਕਿ ਸਵਾਰੀਆਂ ਦਾ ਬਚਾ ਹੈ ਅਤੇ ਕਰੇਨ ਨੂੰ ਮੰਗਵਾ ਕੇ ਇਹਨਾਂ ਗੱਡੀਆਂ ਨੂੰ ਸਾਈਡ ਤੇ ਕੀਤਾ ਜਾਵੇਗਾ ਅਤੇ ਰਾਸਤਾ ਸਾਫ਼ ਕਰ ਦਿੱਤਾ ਜਾਵੇਗਾ। AP ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਪਾਲ ਦੀ ਖਾਸ ਰਿਪੋਰਟ। ਮੇਰਾ ਨਾਮ ਰਾਜੇਸ਼ ਹੈ। ਇਹ ਬੱਸ ਆਪਕੀ ਹੈ? ਹਾਂ, ਆਪਣੀ ਹੈ। ਕੈਸੇ ਹੁਆ ਯੇ? ਕੋਹਰਾ ਲਗਾ ਹੁਆ ਥਾ, ਇਹ ਟਰੱਕ ਵਾਲੇ ਨੇ ਮੂੰਹ ਕਾਟ ਦਿਆ ਹੈ। ਇੱਥੇ ਕਹਾਂ ਸੇ ਆ ਰਹੇ ਥੇ ਆਪ? ਹਮ ਤੋ ਜੰਮੂ ਸੇ ਆ ਰਹੇ ਥੇ। ਕਿਆ ਕਾਮ ਹੈ? ਦੇਹਰਾਦੂਨ। ਨੈਸ਼ਨਲ ਸਵਾਰੀ ਵਗੈਰਾ ਸੀ ਨਾ ਪਾਸ? ਜਿਤਨਾ ਨੁਕਸਾਨ ਹੁਆ ਜੋ ਸਵਾਰੀ ਸੀ ਉਸਕਾ ਬਚਾਓ ਗੇ? ਸਭ ਕਾ ਬਚਾਓ। ਸਵਾਰੀ ਕਿਤਨੀ ਸੀ ਉਸਕੋ? ਹਾਂ, 7-10 ਸਵਾਰੀ। ਜਸਵਿੰਦਰ ਭਾਜੀ, ਇੱਕ ਰਾਤ ਦਾ ਸਮੇਂ ਹੈ, ਇੱਕ ਬੱਸ ਦਾ ਤੇ ਟਿੱਪਰ ਦਾ ਐਕਸੀਡੈਂਟ ਹੋਇਆ, ਕੀ ਸਥਿਤੀ ਹੈ? ਤੁਸੀਂ ਮੌਕੇ ਤੇ ਪਹੁੰਚੇ ਭਾਜੀ? 10 ਮਿੰਟ ਪਹਿਲਾਂ ਇੱਕ ਹੋਰ ਐਕਸੀਡੈਂਟ ਹੋਇਆ ਸੀ। ਰਾਤ ਦੇ ਵਿੱਚ ਧੁੰਦ ਜ਼ਿਆਦਾ ਹੋਣ ਕਾਰਨ ਮੋਟਰਸਾਈਕਲ 'ਤੇ ਜਾ ਰਹੇ ਸੀ, ਰੋਡ ਦੇ ਉੱਤੇ ਜਿਹੜੀ ਗ੍ਰਿਲ ਲੱਗੀ ਉਹਦੇ ਵਿੱਚ ਉਹ ਵੱਜ ਗਏ, ਉਹਨਾਂ ਦੇ ਵੀ ਸੱਟਾਂ ਜ਼ਿਆਦਾ ਲੱਗੀਆਂ ਸੀ। ਉਹਨਾਂ ਨੂੰ ਸਿਵਲ ਹਸਪਤਾਲ ਫਿਲੌਰ ਅਸੀਂ ਦਾਖਲ ਕਰਵਾ ਕੇ ਆਏ ਸੀ। ਜਦੋਂ ਅਸੀਂ ਬੱਸ ਸਟੈਂਡ ਫਿਲੌਰ ਪਹੁੰਚੇ ਤਾਂ ਸਾਨੂੰ 112 ਤੋਂ ਕਾਲ ਆਈ, ਜਿਹਦੇ ਵਿੱਚ ਸਾਨੂੰ ਐਕਸੀਡੈਂਟ ਬਾਰੇ ਪਤਾ ਲੱਗਿਆ। ਅਸੀਂ ਹੁਣ ਮੌਕੇ 'ਤੇ ਆਏ ਹਾਂ, ਐਂਬੂਲੈਂਸ ਬੁਲਾ ਕੇ ਜਿਨ੍ਹਾਂ ਜ਼ਖਮੀਆਂ 'ਤੇ ਸੱਟਾਂ ਲੱਗੀਆਂ ਉਹਨਾਂ ਨੂੰ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ ਗਿਆ। ਅਤੇ ਹੁਣ ਰੋਡ ਅਸੀਂ ਜਾਨੀ ਨੁਕਸਾਨ ਨਹੀਂ ਹੋਇਆ ਜੀ ਕੋਈ ਵੀ, ਅਤੇ ਅਸੀਂ ਹੁਣ ਆਪਣੇ ਨੈਸ਼ਨਲ ਹਾਈਵੇ ਵਾਲਿਆਂ ਦਾ ਹੈਡਰਾ ਮੰਗਾ ਰਹੇ ਹਾਂ ਅਤੇ ਰੋਡ ਕਲੀਅਰ ਕਰਾ ਰਹੇ ਹਾਂ। ਕਿੰਨੇ ਕੁ ਬੰਦੇ ਸੀ ਬੱਸ ਦੇ ਵਿੱਚ ਕੁਝ ਪਤਾ ਲੱਗਾ? ਇਹਦੇ ਬਾਰੇ ਸਭ ਤੋਂ ਪਹਿਲਾਂ ਅਸੀਂ ਉਹ ਜਾ ਚੁੱਕੇ। ਬੱਸ ਕਿੱਥੇ ਦੀ ਹੈ ਕੁਝ ਪਤਾ ਲੱਗਾ? ਬੱਸ ਬਾਰੇ ਨਹੀਂ ਜੀ ਪਤਾ, ਵਿਜੇ ਵਾਲਿਆਂ ਦੀ ਹੈ, ਟੂਰਿਸਟ ਬੱਸ ਹੈਗੀ ਹੈ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ।